ਮੈਂ ਫਾਰਮਲ ਦਿਖਾਉਣ ਜਾ ਰਿਹਾ ਤੁਹਾਨੂੰ ਨੌਨ ਡੈਨਮ ਲਾਈਕਰਾ ਫਾਰਮਲ ਹੈ 290 ਦੀ ਰੇਂਜ ਹੈ 290 ਦੀ ਰੇਂਜ ਹੈ ਤੁਸੀਂ ਪੀਸ ਦੇਖ ਸਕਦੇ ਹੋ ਕੋਈ ਕਲਰ ਫੇਡਿੰਗ ਆ ਜਾਏ ਕੁਛ ਆ ਜਾਏ ਫਾਰਮਲ ਦੇ ਵਿੱਚ ਉਸੇ ਟਾਈਮ ਐਕਸਚੇਂਜ ਹੈ ਪ੍ਰੋਪਰ ਅਸੈਸਰੀ ਦੇ ਨਾਲ ਪੀਸ ਬਣਿਆ ਹੋਇਆ ਕਿ ਕਿਸੇ ਵੀ ਤਰੀਕੇ ਨਾਲ ਪੀਸ ਦੀ ਕੋਈ ਦਿੱਕਤ ਨਾ ਆਵੇ ਠੀਕ ਹੈ ਕਿਸੇ ਵੀ ਤਰੀਕੇ ਨਾਲ ਇਹਦੇ ਵਿੱਚ ਕਲਰ ਆਰਟੀਕਲ ਸਾਈਜ਼ ਵੀ ਜਿਹੜਾ ਮਰਜ਼ੀ ਲਓ 28 ਤੋਂ ਲੈ ਕੇ 36 ਤੱਕ ਸਾਈਜ਼ ਨੇ ਜਿਹੜਾ ਮਰਜ਼ੀ ਸਾਈਜ਼ ਲੈ ਸਕਦੇ ਹੋ 38 40 42 ਦੇ 30 ਰੁਪਏ ਐਕਸਟਰਾ ਲੱਗਦੇ ਨੇ ਠੀਕ ਹੈ ਇਹਦੇ ਵਿੱਚ ਕਲਰ ਅਸੈਸਰੀ ਹਰ ਇੱਕ ਚੀਜ਼ ਦਾ ਧਿਆਨ ਦਾ ਰੱਖੀਏ ਆਫਟਰ ਵਾਸ਼ ਜਿਵੇਂ ਪਾਕਟ ਫਾਰਮਲ ਦੀ ਕਈਆਂ ਦੀ ਪਾਕਟ ਖਰਾਬ ਹੋ ਜਾਂਦੀ ਹੈ ਆਫਟਰ ਵਾਸ਼ ਕੇ ਪਾਕਟ ਦੀ ਕੋਈ ਦਿੱਕਤ ਨਹੀਂ ਆਏਗੀ ਕਲਰਸ ਕਲਰ ਚ 12 ਤੋਂ 13 ਕਲਰ ਆਂਦੇ ਵੀ ਦੇਖੋ ਗਾਇਸ 290 ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਦੇਖੋ ਜਿਹੜੀ ਚੀਜ਼ ਇੱਥੇ 290 ਮਿਲ ਜਾਏ ਆਈ ਥਿੰਕ ਮਾਰਕੀਟ 500 ਘੱਟ ਤਾਂ ਨਹੀਂ ਮਿਲੇਗਾ ਨਾ ਰਿਟੇਲ ਚ ਘੱਟੋ ਘੱਟ 500 ਸਾਢੇ 500 ਤੋਂ ਉੱਪਰ ਹੀ ਰੇਂਜ ਹੈ ਰਿਟੇਲਰ ਇਸ ਤੋਂ ਥੱਲੇ ਕੰਮ ਹੀ ਨਹੀਂ ਕਰਦੇ ਠੀਕ ਹੈ ਹੋਰ ਵੀ ਕਾਫੀ ਆਈਟਮ ਹੈ ਜੀਨਸ ਦੇ ਵਿੱਚ ਨਾ ਹੁਣ ਦਿਖਾ ਨਹੀਂ ਪਾਵਾਂਗਾ ਤੁਹਾਡੀ ਵੀਡੀਓ ਬਹੁਤ ਲੰਬੀ ਹੋ ਜਾਏਗੀ ਆਰਟੀਕਲ ਤੇ ਬੋਰਡ ਨੇ ਕੀ ਸੋ ਗਾਇਸ ਇਸ ਤਰ੍ਹਾਂ ਵੀ ਆਰਟੀਕਲ ਸਨੇ ਸਾਰੇ ਹੈਗੇ ਆ ਵੀ ਇੱਕ ਵੀਡੀਓ ਚ ਕਵਰ ਨਹੀਂ ਕਰ ਸਕਦੇ ਆਪਾਂ ਤੁਹਾਨੂੰ ਦੁਕਾਨ ਤੇ ਵਿਜ਼ਿਟ ਕਰਨਾ ਪਏਗਾ ਤੁਸੀਂ ਆਪ ਆ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਆਨਲਾਈਨ ਪਰਚੇਸ ਕਰਨਾ ਹੈ ਆਨਲਾਈਨ ਪਰਚੇਸ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਗਾਇਸ ਕਾਟਨ ਫੈਬਰਿਕ ਆਏਗਾ ਚਿਨੋਸ ਕਾਟਨ ਇਹਨਾਂ ਦੇ ਡ੍ਰਿਲ ਕਾਟਨ ਪਿਓਰ ਹੈਵੀ ਕਾਟਨ ਹੈ 470 ਦੀ ਰੇਂਜ ਹੈ ਇਹਦੇ ਵਿੱਚ 30 ਤੋਂ 30 ਸਾਈਜ਼ ਹੈ 30 32 34 36 30 ਸਾਈਜ਼ ਸਾਈਜ਼ ਜਿਹੜਾ ਮਰਜ਼ੀ ਲੈ ਜਾਓ ਕੋਈ ਦਿੱਕਤ ਹੀ ਨਹੀਂਗੀ ਇਹ ਕਾਟਨ ਘੱਟ ਹੋਗਾ ਰਿਟੇਲ ਕਾਊਂਟਰ ਦੇ ਉੱਤੇ 800 ਰੁਪਏ ਦਾ ਥੱਲੇ ਕਾਟਨ ਨਹੀਂ ਵਿਕਦੀ ਸਾਡੀ ਖੁਦ ਦੀ ਆਈਟਮ ਤਿਆਰ ਹੁੰਦੀ ਹੈ ਬਹੁਤ ਵਧੀਆ ਜੀ ਇਹਦੀ ਸਟਿਚਿੰਗ ਇਹਦਾ ਹਰ ਇੱਕ ਚੀਜ਼ ਕਸਟਮਰ ਦੇ ਧਿਆਨ ਨਾਲ ਬਣਾਈ ਗਈ ਹੈ ਕਿ ਕੋਈ ਦਿੱਕਤ ਨਾ ਕਸਟਮਰ ਨੂੰ ਆਏ ਤੁਸੀਂ ਦੇਖ ਸਕਦੇ ਹੋ ਹਰ ਇੱਕ ਮਟੀਰੀਅਲ ਆਫਟਰ ਵਾਸ਼ ਕੋਈ ਐਨ ਕਿ ਪਾਕਿਟ ਖਤਮ ਹੋ ਜਾਏ ਪਾਕਿਟ ਉਸ ਤਰ੍ਹਾਂ ਹੀ ਰਹੇਗੀ ਅੰਦਰੋਂ ਆਫਟਰ ਵਾਸ਼ ਦੀ ਫੁੱਲ ਗਰੰਟੀ ਹੈ ਸਟ੍ਰੈਚੇਬਲ ਹੈ ਸਰ ਸਟ੍ਰੈਚੇਬਲ ਹੈ ਸਰ ਸਟ੍ਰੈਚੇਬਲ ਫੁੱਲ ਸਟ੍ਰੈਚੇਬਲ ਹੈ ਔਰ ਫੁੱਲ ਗਰੰਟੀਡ ਆਈਟਮ ਹੈ ਫੁੱਲ ਗਰੰਟੀ ਆਈਟਮ ਆ ਜਾਏਗੀ 340 ਦੀ ਰੇਂਜ ਚ ਕਾਟਨ ਚੀਨੋ ਕਾਟਨ ਇਹ ਡਬਲ ਕਲੋਥ ਕਾਟਨ ਕਿਹਾ ਜਾਂਦਾ ਇਹਨੂੰ ਔਰ ਪੰਜਾਬੀ ਸਟਾਈਲ ਆਪਣੇ ਪੰਜਾਬੀ ਵੀਰਾਂ ਦੇ ਲਈ ਪਲੇਟਿਵ ਸਟਾਈਲ ਹੈ ਸਾਰਾ ਕੋਈ ਦੂਸਰਾ ਸਟਾਈਲ ਨਹੀਂ ਹੈ ਪ੍ਰੋਪਰ ਸਾਰੀ ਅਸੈਸਰੀ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਆਪਣੀ ਪਹਿਲੇ ਦਿਖਾਏਗੀ ਤੁਹਾਨੂੰ ਇਹ ਕਿਸ ਰੇਂਜ ਰਹੇਗੀ ਇਹ 340 ਦੀ ਗਾਇਸ ਆਫ 340 ਚ 340 ਦੇ ਵਿੱਚ ਨੋ ਡਬਲ ਕਲੋਥ ਫੁੱਲ ਲਾਈਕਰਾ ਫੁੱਲ ਲੋਕ ਰਿਪੋਰਟ ਚੀਜ਼ ਹੈ ਕਿ ਕਸਟਮਰ ਪਾਏਗਾ ਔਰ ਗੁੰਨੀ ਗਾਏਗਾ ਕਿ ਹਾਂ ਵੀ ਚੀਜ਼ ਮਿਲੀ ਹੈ ਇਹਦੇ ਵਿੱਚ ਕਲਰ ਮਿਲ ਜਾਣਗੇ ਠੀਕ ਹੈ ਆਈਟਮ ਦੇ ਵਿੱਚ ਕਲਰ ਮਿਲਣਗੇ 460 ਦੀ ਰੇਂਜ ਹੈ ਇਹਦੇ ਜੇ ਕਲਰ ਨੇ ਇਹਦੇ ਕਲਰ ਤੁਹਾਨੂੰ ਆਰ ਤੋਂ ਹੋ ਗਏ ਦੇਖ ਸਕਦੇ ਹੋ ਕਲਰ ਵੀ ਪਿਸਤਾ ਆ ਜਾਏਗਾ ਲਾਈਟ ਗ੍ਰੇ ਆ ਜਾਏਗਾ ਕਾਫੀ ਆ ਜਾਏਗਾ ਬਲੈਕ ਕਲਰ ਜੋ ਕਿ ਹਰ ਕਿਸੇ ਦਾ ਫੇਵਰੇਟ ਹੈ ਰੇਂਜ ਇੱਕ ਵਾਰ ਦੁਬਾਰਾ ਦੱਸਿਓ ਉਹਦੀ 460 ਦੀ ਰੇਂਜ ਹੈ 460 ਆਈਟਮ ਇਹ ਦੇਖ ਰਹੇ ਹੋ ਤੁਸੀਂ 28 ਵੇਸਟ ਮਤਲਬ 28 ਵੇਸਟ ਹੀ ਹੋਏਗੀ ਵੇਸਟ ਨਹੀਂ ਘੱਟ ਹੋਏਗੀ ਅੱਧਾ ਇੰਚ ਵੀ ਵੇਸਟ ਘੱਟ ਨਹੀਂ ਹੋਏਗੀ ਠੀਕ ਹੈ ਐਕਸਟਰਾ ਹੀ ਹੋਏਗੀ ਅੱਧਾ ਇੰਚ ਘੱਟ ਨਹੀਂ ਹੋਏਗੀ ਪ੍ਰੋਪਰ ਅਸੈਸਰੀ ਦੇ ਨਾਲ ਹਰ ਇੱਕ ਚੀਜ਼ ਪਾਕਟ ਹਰ ਇੱਕ ਫਿਨਿਸ਼ ਦੇ ਨਾਲ ਪੀਸ ਬਣੇਗਾ ਕਿਤੇ ਕੋਈ ਤੁਹਾਨੂੰ ਐਕਸਟਰਾ ਧਾਗਾ ਜਿਵੇਂ ਬਾਹਰ ਹੁੰਦਾ ਪੀਸ ਦਾ ਉਹ ਚੀਜ਼ਾਂ ਨਹੀਂ ਹੋਣਗੀਆਂ ਪ੍ਰੋਪਰ ਪੀਸ ਤਿਆਰ ਕੀਤਾ ਹੋਇਆ ਯਹਾਂ ਵੀ ਚੀਜ਼ ਹੋਏਗੀ ਕਿ ਕਸਟਮਰ ਪੂਰਾ ਸੈਟੀਸਫਾਈ ਹੋ ਕੇ ਜਾਏਗਾ ਇੱਥੇ ਆ ਕੇ ਉਹ ਫੁੱਲ ਗਰੰਟੀਡ ਆਈਟਮ ਹੋਏਗੀ ਇਹਨੂੰ ਕਿਹਾ ਜਾਂਦਾ ਚਾਈਨਾ ਬੋਰਡਿੰਗ ਕੱਪੜਾ ਬਹੁਤ ਵਧੀਆ ਕੱਪੜਾ ਹੈ ਗਾਇਸ ਸਾਨੂੰ ਚਾਹੀਦਾ ਕਿ ਇਹ ਚੀਜ਼ ਚੰਗੀ ਹੋਵੇ ਸਸਤੀ ਹੋਵੇ ਆਫਟਰ ਸੇਲ ਸਰਵਿਸ ਹੋਵੇ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਪਰੇਸ਼ਾਨੀ ਨਹੀਂ ਆਈ ਉਹ ਸਾਰੀ ਚੀਜ਼ ਸਾਨੂੰ ਉੱਥੇ ਮਿਲ ਰਹੀ ਹੈ ਕੋਈ ਦਿੱਕਤ ਨਹੀਂ ਹੈ ਉਹ ਚੇਂਜ ਹੋ ਜਾਏਗਾ ਆਪਣੇ ਕੋਲ ਜਿਹੜਾ ਵੀ ਪੀਸ ਜਾਏਗਾ ਸਿਲੈਕਟਿਡ ਹੀ ਜਾਏਗਾ ਕੋਈ ਦੂਸਰਾ ਪੀਸ ਨਹੀਂ ਜਾਏਗਾ ਇਹ ਆਈਟਮ ਆ ਜਾਏਗੀ 125 ਦੀ ਓਨਲੀ 125 ਕੀ ਬਾਤ ਹੈ ਐਮ ਐਲ ਸਾਈਜ਼ ਆਏਗਾ ਟਵਿਲ ਕਾਟਨ ਆਏਗੀ 125 ਦੀ ਰੇਂਜ ਵਿੱਚ ਹਾਰਡ ਕੋਲਰ
ਪ੍ਰੋਪਰ ਚੀਜ਼ ਪ੍ਰੋਪਰ ਸਾਈਜ਼ 125 ਦੇ ਵਿੱਚ ਵਾਓ ਇਸ ਦੇ ਵਿੱਚ ਕਲਰ ਆਰਟੀਕਲ ਮਿਲ ਜਾਣਗੇ ਉਹ ਤੁਹਾਨੂੰ ਸ਼ਰਟ ਦੇ ਹੱਥ ਚ ਲੈ ਕੇ ਜਾਂਦੇ ਆ ਉਸ ਚ ਕਲਰ ਆਰਟੀਕਲ ਵੀ ਕਾਫੀ ਮਿਲ ਜਾਣਗੇ ਨਾ 125 ਸਾਈਜ਼ ਐਮ ਐਲ ਐਕਸਲ ਐਮ ਐਲ ਐਕਸਲ ਦੇ ਡਬਲ ਐਕਸਲ ਡਬਲ ਐਕਸਲ ਤੁਹਾਨੂੰ 20 ਰੁਪਏ ਐਕਸਟਰਾ ਪਵੇਗਾ 145 ਹੋ ਗਿਆ 150 150 ਰੇਂਜ ਹੋ ਗਿਆ ਠੀਕ ਹੈ ਐਮ ਐਲ ਐਕਸਲ ਮਿਲੇਗਾ ਅਵੇ ਸੇਮ ਕਲਰ ਵਾਈਸ ਗਾਰੰਟੀ ਹਰ ਚੀਜ਼ ਦੀ ਗਾਰੰਟੀ ਇਹਨੂੰ ਵੈਸੇ ਵੀ ਕੁਝ ਨਹੀਂ ਹੁੰਦਾ ਇਹ ਚੀਜ਼ ਆਰਟੀਕਲ ਹੀ ਐਦਾਂ ਦੇ ਨੇ ਆਫਟਰ ਵਾਸ਼ ਹੋਣਾ ਹੀ ਕੁਝ ਨਹੀਂ ਨਾ ਇਹਦੀ ਕਲਰ ਦੀ ਕੰਪਲੇਂਟ ਆਣੀ ਨਾ ਇਹਦੀ ਫੈਡਿਟ ਦੀ ਕੰਪਲੇਂਟ ਆਣੀ ਹੈ ਅੱਛਾ ਇਹਨਾਂ ਨੇ ਲਿੰਕੇ ਜਾਣੀ ਅਦੇ ਚ ਪਲੇਨ ਵੀ ਮਿਲ ਜਾਂਦਾ ਆਪਾਂ ਨੂੰ ਡਿਜ਼ਾਈਨਰ ਵੀ ਮਿਲਦੇ ਥੋੜੀ ਉੱਪਰ ਆਏਗੀ ਥੋੜਾ ਡਿਜ਼ਾਈਨਰ ਆਈਟਮ ਮਿਲ ਜੂਗੀ ਉਹ ਹੈਗਾ ਆਪਣੇ ਕੋਲ ਹਾਂਜੀ ਦਿਖਾਓਗੇ ਯੈਸ ਸਰ 125 ਦੀ ਰੇਂਜ ਦੇ ਵਿੱਚ ਕਲਰ ਔਰ ਆਰਟੀਕਲ ਅਲੱਗ ਅਲੱਗ 125 ਓਨਲੀ गाइस तुसी देख सकते हो सिर्फ 125 ਵਿੱਚ ਤੁਹਾਨੂੰ ਕੁਝ ਨਹੀਂ ਮਿਲਦਾ ਮਾਰਕੀਟ ਵਿੱਚ ਜੋ ਕਿ ਤੁਹਾਨੂੰ ਸ਼ਰਟ ਮਿਲ ਰਹੀ ਹੈ ਬਹੁਤ ਹੀ ਵਧੀਆ ਫੁੱਲੀ ਗਾਰੰਟੀਡ ਆਈਟਮ ਹੈ ਕੋਈ ਸਲਿੰਕੇਜ ਕੋਈ ਕੁਝ ਨਹੀਂ ਹੈ ਇਹਦੀ ਔਰ ਬਹੁਤ ਹਰ ਚੀਜ਼ ਦੀ ਗਾਰੰਟੀ ਸਰ ਦੇ ਰਿਹਾ ਪ੍ਰਾਈਸ ਦੀ ਗਾਰੰਟੀ ਹੈਗੀ ਹੈ ਕੱਪੜੇ ਦੀ ਗਾਰੰਟੀ ਹੈ ਸ਼ਰਿੰਕ ਨਹੀਂ ਹੋਏਗਾ ਨੰਗ ਨਹੀਂ ਉਤਰੇਗਾ ਮਾਰਕੀਟ ਦੇ ਵਿੱਚ ਇਹ ਆਈਟਮ ਹੋਲਸੇਲ ਦੇ ਵਿੱਚ 175 ਦੀ ਰੇਂਜ ਦੇ ਵਿੱਚ ਵਿਕਰੀ ਹੈ ਕਿਉਂਕਿ ਇਹ ਸਾਡੀ ਸਾਰੀ ਤਕਰੀਬਨ ਆਪਣੀ ਬਣਦੀ ਹੈ ਔਰ 125 ਹੈ ਓਨਲੀ 125 ਇਸ ਆਰਟੀਕਲ ਤੁਹਾਨੂੰ ਕਾਫੀ ਮਿਲ ਜਾਣਗੇ 8 ਤੋਂ 10 ਸਾਈਜ਼ ਔਰ 8 ਤੋਂ 10 ਆਰਟੀਕਲ ਤੁਹਾਨੂੰ ਮਿਲਣਗੇ ਮਿਲਣਗੇ ਹਰ ਆਈਟਮ ਦੇ ਆਰਟੀਕਲ ਪਏ ਨੇ ਇਹਦੇ ਜਿੰਨੇ ਆਰਟੀਕਲ ਕੋਗੇ ਸਾਰੇ 125 ਦੀ ਰੇਂਜ ਹੈ ਸਾਰੀ ਸਾਰੀ ਦੀ ਸਾਰੀ ਗਾਇਜ਼ ਐਮ ਐਲ ਐਕਸਲ ਸਾਰੇ 125